ਮੇਰਾ ਨਾਮ ਨਿਤਿਕਾ, ਮੈਂ ਪਲੱਸ ਟੂ ਨੋਨ ਮੈਡੀਕਲ ਦੀ ਵਿਦਿਆਰਥੀ ਹਾਂ। ਅਤੇ ਇੱਕ ਜਿਹੜਾ ਸਰਕਾਰ ਨੇ ਕੱਲ੍ਹ ਹੀ ਸਾਡੇ ਗਰੁੱਪ 'ਚ ਮੈਸੇਜ ਆਇਆ ਕਿ ਸਰਕਾਰ ਵੱਲੋਂ ਇਹ ਨੋਟਿਸ ਜਾਰੀ ਕੀਤਾ ਗਿਆ ਕਿ 31 ਜੁਲਾਈ ਤੋਂ ਬਾਅਦ ਜਿਹੜਾ ਉਹ ਕੋਈ ਵੀ ਬੱਚਾ ਜਿਹੜਾ 18 ਸਾਲ ਤੋਂ ਥੱਲੇ ਹੈ ਉਹ 2 ਪਹੀਆ ਜਾਂ 4 ਪਹੀਆ ਵਹੀਕਲ ਜਿਹੜਾ ਉਹ ਨਹੀਂ ਚਲਾਏਗਾ। ਇਹ ਬਹੁਤ ਵਧੀਆ ਉਪਰਾਲਾ ਹੈ ਕਿਉਂਕਿ ਇੱਕ ਤਾਂ ਐਕਸੀਡੈਂਟ ਘੱਟ ਜਾਣਗੇ, ਐਕਸੀਡੈਂਟ ਬਹੁਤ ਹੋ ਰਹੇ ਨੇ ਅੱਜ ਕੱਲ੍ਹ, ਛੋਟੇ ਛੋਟੇ ਬੱਚੇ ਵੀ ਜਿਹੜੇ ਨੇ ਉਹ ਵਹੀਕਲ ਲੈ ਕੇ ਜੋ ਤੁਰੇ ਹੁੰਦੇ ਨੇ ਅਤੇ ਐਕਸੀਡੈਂਟ ਹੋ ਜਾਂਦੇ ਨੇ। ਅਤੇ ਇਸ ਕਰਕੇ ਸਾਡੇ ਸਕੂਲ ਦੇ ਵਿੱਚ ਹਮੇਸ਼ਾ ਹੀ ਜਿਹੜਾ ਸਾਨੂੰ ਸਾਈਕਲ ਹੀ ਅਲੋਅ ਕਰਦਾ, ਬਟ ਪੇਰੈਂਟਸ ਜਿਹੜੇ ਨੇ ਉਹ ਕਈ ਐਕਟਿਵਾ ਵਗੈਰਾ 'ਤੇ ਭੇਜ ਦਿੰਦੇ ਨੇ। ਅਤੇ ਉਮੀਦ ਹੈ ਕਿ ਇਸ ਨਾਲ ਜਿਹੜਾ ਇੱਕ ਐਕਸੀਡੈਂਟ ਘੱਟ ਜਾਏਗਾ ਅਤੇ ਇੱਕ ਸਾਈਕਲ ਨਾਲ ਸਾਡੀ ਸਿਹਤ ਵੀ ਚੰਗੀ ਰਹੇਗੀ ਜੇ ਆਪਾਂ ਚਲਾਵਾਂਗੇ, ਅਤੇ ਉਪਰਾਲਾ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਵੇਖਿਆ ਜਾਵੇ। ਅੱਜ ਜਨਰੇਸ਼ਨ ਜਿਹੜੀ ਈਜ਼ੀ ਮੰਨਦੀ ਆ ਮੋਟਰ ਬਾਈਕਰ ਨੂੰ ਸਾਈਕਲ ਛੱਡਦੇ, ਕੀ ਕਹਿਣਾ ਚਾਹੁੰਦੇ? ਮਤਲਬ ਠੀਕ ਹੈ, ਮਤਲਬ ਇੱਕ ਤਾਂ ਵਧੀਆ ਇਸ ਕਰਕੇ ਵੀ ਮੰਨਦੀ ਹੈ ਕਿਉਂਕਿ ਅਸੀਂ ਜਲਦੀ ਪਹੁੰਚ ਜਾਂਦੇ ਹਾਂ ਸਾਡੇ, ਕਿਉਂਕਿ ਟਾਈਮ ਵੀ ਜਿਹੜਾ ਅੱਜ ਕੱਲ੍ਹ ਬਹੁਤ ਘੱਟ ਹੁੰਦਾ ਕਿਸੇ ਕੋਲ, ਹੈ ਨਾ, ਹਰ ਕੋਈ ਬਿਜ਼ੀ ਰਹਿੰਦਾ ਆਪਣੀ ਲਾਈਫ 'ਚ। ਪਰ ਇਹ ਹੈ ਕਿ ਜੇ ਆਪਾਂ ਜਲਦੀ ਜਾਣ ਦੇ ਚੱਕਰ 'ਚ ਇਹ ਨਾ ਹੋਏ ਕਿ ਸਾਡੀ ਡੈਥ ਹੀ ਹੋ ਗਿਆ, ਅਸੀਂ ਕਿਸੇ ਦੇ ਐਕਸੀਡੈਂਟ 'ਚ ਵੱਜ ਗਏ ਹਾਂ, ਕਿਸੇ ਦੇ ਮਤਲਬ ਗੱਡੀ 'ਚ ਵੱਜ ਗਏ, ਸਾਡਾ ਐਕਸੀਡੈਂਟ ਹੋ ਗਿਆ, ਸਾਡੇ ਪੇਰੈਂਟਸ 'ਤੇ ਐਕਸ਼ਨ ਆਏਗਾ। ਅਤੇ ਹੁਣ ਜਿਹੜੀ ਉਮੀਦ ਕੀਤੀ ਜਾ ਰਹੀ ਹੈ ਕਿ ਸਾਈਕਲ ਹੀ ਲੋਕ ਜ਼ਿਆਦਾ ਵਰਤਣ, ਜਾਂ ਫਿਰ ਜਿਹੜਾ ਡਰਾਈਵਿੰਗ ਲਾਇਸੈਂਸ ਜੇ 18 ਟੁੱਟੇ ਜੇ ਤਾਂ ਬਣਾ ਕੇ ਹੀ ਤੁਸੀਂ ਜਿਹੜਾ ਆਪਣਾ ਵਹੀਕਲ ਲੈ ਕੇ ਜਾਓ। ਲੋਕਾਂ ਨੂੰ ਆਪਣੇ ਫਰੈਂਡ ਨੂੰ ਅਵੇਅਰ ਕਰੋ ਇਸ ਚੀਜ਼ ਨੂੰ। ਬਿਲਕੁਲ, ਸਾਡੇ ਸਟੈਂਡ ਅਵੇਅਰ ਕੀਤਾ ਜਾ ਰਿਹਾ ਹੈ ਅਤੇ ਹੁਣ ਹਮੇਸ਼ਾ ਹੀ ਜਿਹੜਾ ਕੀਤਾ ਜਾਏਗਾ। ਅਤੇ ਮੈਂ ਸਭ ਨੂੰ ਇਹੀ ਅਪੀਲ ਕਰਦੀ ਹਾਂ ਕਿ ਤੁਸੀਂ ਆਪਣੇ ਬੱਚੇ ਨੂੰ ਉਦੋਂ ਹੀ ਵਹੀਕਲ ਦਿਓ ਜੇ ਉਹ 18 ਸਾਲ ਤੋਂ ਉੱਪਰ ਹੈ, ਉਹਦਾ ਡਰਾਈਵਿੰਗ ਲਾਇਸੈਂਸ ਬਣਿਆ। ਹਾਂਜੀ, ਮੇਰਾ ਨਾਮ ਮਨਜਪ੍ਰੀਤ ਸਿੰਘ ਹੈ, ਮੈਂ 10th ਕਲਾਸ ਵਿੱਚ ਪੜ੍ਹਦਾ ਹਾਂ। ਕੀ ਕਹਿਣਾ ਚਾਹਤੇ ਹੋ ਸਰਕਾਰ ਕਰਨੇ ਰੂਲ ਹੈ? मैं ये कहना चाहता हूँ कि सरकार ने बहुत ही अच्छा रूल लागू किया है। ये बहुत ही अच्छी बात है कि किसी भी बच्चे को 18 नीचे अंडर 18 को बाइक या स्कूटरी यूज़ करना नहीं लागू किया, एंड ये बहुत अच्छी बात है। कई लोगों का नुकसान भी नहीं होगा, एक्सीडेंट और वगैरह वगैरह भी कम होंगे। एंड स्कूल में हमेशा साइकिल्स का ही यूज़ करना चाहिए, एंड बाइक व्हीकल यूज़ करना कोई अच्छी बात नहीं है, बिकॉज ये बस एक शो ऑफ है हमारे लिए। आप उसको सिर्फ एक अच्छे तरीके के तौर पर यूज़ करिए, किसी बाजार या किसी भी जगह पर जाने के लिए इसको ऐसे स्कूल में लाना अच्छी बात नहीं है। एंड जो 18+ बच्चे हैं जिनको पेरेंट्स ने दे के रखा हुआ है, इनको वापस ले लेने चाहिए व्हीकल्स अपने। ऑब्वियसली आजकल इतने एक्सीडेंट हो रहे हैं, अंडर 18 को ये अलाउ नहीं है। हमेशा आपको पहले 18+ होना चाहिए, एक लाइसेंस होना चाहिए, तभी आप उसका यूज़ करेंगे। साइकिल हमारे लिए कितना लाइफ है? साइकिल हमारे लिए बहुत ज़रूरी है, इससे हमारा शरीर जो है फिट रहता है, हाइट बढ़ती है हमारे, कभी भी पैरों में दर्द नहीं रहता। साइकिल एक अच्छी एक्सरसाइज के तौर पर ही हमें यूज़ करना चाहिए। तो आप लोगों को अवेयर करोगे, अपने फ्रेंड वगैरह को? मेरे फ्रेंड सब अवेयर हैं, हम सब साइकिल पे ही आते हैं, हम पूरे स्कूल को अवेयर करना चाहेंगे। एंड पहला स्कूल है अमृतसर में जिसने ये कानून लागू कर दिया है, एंड हम सब तो साइकिल यूज करते हैं, बट जो बच्चे अभी भी स्कूटर यूज करते हैं उन्हें अवेयर करना। अब आपके स्कूल में 2 व्हीकल सब बैन कर दिए गए हैं, 2 व्हीकल 4 व्हीकल सब बैन कर दिए गए हैं, ओनली साइकिल अलाउ किया गया। मैं कुलविंदर कौर प्रिंसिपल न्यू फ्लैट्स पब्लिक सीनियर सेकेंडरी स्कूल। हाँ, ਅੱਜ ਪੁਲਿਸ ਪ੍ਰਸ਼ਾਸਨ ਸਕੂਲ 'ਚ ਆਏ ਸੀ, ਸੈਮੀਨਾਰ ਕੀਤਾ ਗਿਆ ਟ੍ਰੈਫਿਕ 'ਤੇ, ਔਰ ਉਹਨਾਂ ਨੇ ਦੱਸਿਆ ਕਿ ਜੋ ਵੀ ਸਟੂਡੈਂਟ 18 ਸਾਲ ਤੋਂ ਘੱਟ ਹੈ ਉਹ ਬਾਈਕਸ ਲੈ ਕੇ ਨਾ ਆਉਣ, ਇਹਦੀ ਸਜ਼ਾ ਉਹਨਾਂ ਦੇ ਮਾਪਿਆਂ ਨੂੰ ਹੋਏਗੀ। ਇੱਕ ਜੋ ਵੀ ਲਾਅ ਨਿਕਲਿਆ ਹੈ ਉਹਦੇ ਅਕੋਰਡਿੰਗ 3 ਸਾਲ ਦੀ ਕੈਦ ਔਰ 25,000 ਰੁਪਏ ਜੁਰਮਾਨਾ ਹੋ ਸਕਦਾ ਹੈ। ਬੱਚਿਆਂ ਨੂੰ ਅਸੀਂ ਉਹਨਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਹੈ ਔਰ ਬੱਚਿਆਂ ਨਾਲ ਸੈਮੀਨਾਰ ਕੀਤਾ ਗਿਆ ਹੈ। ਤੁਹਾਡੇ ਵੱਲੋਂ ਨੋਟਿਸ ਵੀ ਜਾਰੀ ਕੀਤਾ ਗਿਆ? ਹਾਂਜੀ, ਸਾਡੇ ਵੱਲੋਂ 12ਵੀਂ ਨੋਟਿਸ ਜਾਰੀ ਕੀਤਾ ਗਿਆ ਹੈ, ਔਰ ਸਕੂਲ ਦੇ ਜੋ ਗਰੁੱਪਸ ਨੇ ਉਹਦੇ ਵਿੱਚ ਵੀ ਮਾਪਿਆਂ ਨੂੰ ਅਲਰਟ ਕੀਤਾ ਗਿਆ ਹੈ ਕਿ ਬੱਚਿਆਂ ਨੂੰ ਬਾਈਕਸ ਲੈ ਕੇ ਨਾ ਭੇਜਿਆ ਜਾਏ ਜਿਨ੍ਹਾਂ ਕੋਲ ਲਾਇਸੈਂਸ ਨਹੀਂ ਹੈ। ਹਾਂਜੀ ਬਿਲਕੁਲ, ਮੀਟਿੰਗ ਕੀਤੀ ਜਾਏਗੀ, ਔਰ ਇਹ ਅਸੀਂ ਮੀਟਿੰਗ ਸੈਟਰਡੇ ਸਾਡੀ ਮੀਟਿੰਗ ਹੁੰਦੀ ਹੈ, ਉਸ ਮੀਟਿੰਗ 'ਚ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਹੀ ਬੁਲਵਾ ਕੇ
ਉਹਨਾਂ ਦੇ ਰੂਬਰੂ ਕਰਵਾਇਆ ਜਾਏਗਾ ਔਰ ਉਹਨਾਂ ਨੂੰ ਉਹਨਾਂ ਨਾਲ ਗੱਲ ਕਰਵਾਈ ਜਾਏਗੀ ਕਿ ਇਸ ਦਾ ਕਿੰਨਾ ਹਰਜਾਨਾ ਭੁਗਤਣਾ ਪਏਗਾ ਅਗਰ ਉਹ ਇਹ ਰੂਲਸ ਨੂੰ ਫੋਲੋ ਨਹੀਂ ਕਰਦੇ ਤੇ। ਮੈਂ ਹਰਪਾਲ ਸਿੰਘ ਜੁਕੇ ਨਿਊ ਕਲੱਬ ਵਾਲਾ ਚੇਅਰਮੈਨ ਹਾਂ। ਕੀ ਕਹਿਣਾ ਚਾਹੋਗੇ ਜਿਹੜੇ ਨਵੀਆਂ ਦਿੱਤਾਂ ਆਈਆਂ? ਇਹ ਬਹੁਤ ਸ਼ਲਾਘਾ ਜੋ ਕਦਮ ਆ ਸਰਕਾਰ ਦਾ, ਬਹੁਤ ਵਧੀਆ ਕਦਮ ਆ। ਬੱਚਿਆਂ ਦੇ ਨਾਲ ਜਿਹੜਾ ਰੋਕ ਲਾਉਣ ਲੱਗੇ ਆ, ਇਹ ਸਰਕਾਰ ਨੂੰ ਸਖਤੀ ਨਾਲ ਕਰਨਾ ਚਾਹੀਦਾ, ਅਸੀਂ ਸਰਕਾਰ ਦਾ ਸਾਥ ਦੇਵਾਂਗੇ। ਹਾਂਜੀ, ਹਾਂਜੀ, ਸਕੂਲ ਸ਼ੁਰੂਆਤ ਕੀਤੀ ਗਈ ਆ। ਅਸੀਂ ਬੱਚਿਆਂ ਨੂੰ ਚਿੱਠੀਆਂ ਪਾਤੀਆਂ, ਮਾਪਿਆਂ ਨੂੰ ਬੈਗ ਦੇ ਵਿੱਚ ਨੋਟਿਸ ਦੇ ਦਿੱਤੇ ਆ ਕਿ ਤੁਸੀਂ ਸਖਤ ਤੋਂ ਬਿਨਾਂ ਸਕੂਲ 'ਚ ਨਹੀਂ ਲਿਆਉਣੇ, ਅਸੀਂ ਰੋਕਥਾਮ ਕਰਾਂਗੇ। ਮੈਂ ਸਰਕਾਰ ਨੂੰ ਅਪੀਲ ਕਰਦਾ ਕਿ ਸਕੂਲਾਂ ਗਾੜੀ ਨਾਕੇ ਵੀ ਲਾਏ ਜਾਣ। ਹਾਂਜੀ, ਇੱਥੇ ਸਾਡੇ ਇੰਸਪੈਕਟਰ ਸਰ, ਪੁਲਿਸ ਪ੍ਰਸ਼ਾਸਨ ਆਏ ਆ, ਉਹ ਵੀ ਆਪਣਾ ਹੀ ਗੱਲ ਉਹਨਾਂ ਨੂੰ ਬੱਚਿਆਂ ਨੂੰ ਹਦਾਇਤ ਕਰਨ ਲਈ ਜਾ ਰਹੀ। ਆਪਣੇ ਮਾਪਿਆਂ ਨੂੰ ਕੋਈ ਅਪੀਲ ਕਰਨਾ ਚਾਹੋਗੇ ਤੁਸੀਂ ਚੇਅਰਮੈਨ? ਹਾਂਜੀ, ਮਾਪਿਆਂ ਨੂੰ ਅਪੀਲ ਕਰਦੇ ਵੀ ਤੁਸੀਂ ਬੱਚਿਆਂ ਨੂੰ ਸਕੂਟਰੀ ਨਾ ਦਿਓ, ਅਤੇ ਇਹ ਨੁਕਸਾਨ ਹੋਊਗਾ ਬੱਚਿਆਂ ਦਾ, ਅਤੇ ਬਹੁਤ ਵੱਡਾ ਨੁਕਸਾਨ ਹੋ ਜਾਂਦਾ। ਬਾਕੀ ਸਕੂਲਾਂ ਨੂੰ ਕੋਈ ਅਪੀਲ ਕਰਨਾ ਚਾਹੋਗੇ? ਹਾਂ, ਮੈਂ ਸਾਰੇ ਪੰਜਾਬ ਦੇ ਸਕੂਲਾਂ ਨੂੰ ਅਪੀਲ ਕਰਦਾ ਕਿ ਸਾਰੇ ਸਕੂਲਾਂ 'ਚ ਕੈਂਪ ਲਾ ਕੇ ਬੱਚਿਆਂ ਨੂੰ ਸਮਝਾਇਆ ਜਾਵੇ। ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਨਿਊ ਫਲਾਵਰ ਸਕੂਲ ਅੰਤਰਜਾਮੀ ਕਲੋਨੀ ਜਿਹੜਾ ਸੁਲਤਾਨਵਿੰਦ ਰੋਡ ਦੇ ਗੰਦੇ ਨਾਲੇ ਦੇ ਕੋਲ ਆ, ਇਹ ਸਕੂਲ ਦੇ ਵਿੱਚ ਅੱਜ ਅਸੀਂ ਮਾਨਯੋਗ ਸਾਡੇ ADGP ਸਾਹਿਬ ਟ੍ਰੈਫਿਕ ਅਤੇ ਮਾਨਯੋਗ ਕਮਿਸ਼ਨਰ ਸਾਹਿਬ ਸਰਜੀਤ ਸਿੰਘ ਢਿੱਲੋਂ ਜੀ ਦੀ ਦਿਸ਼ਾ ਨਿਰਦੇਸ਼ 'ਤੇ ਜਿਹੜਾ ਨਵਾਂ ਕਾਨੂੰਨ ਆ ਕਿ ਜਿਹੜੇ ਛੋਟੇ ਬੱਚੇ ਆ, ਜੁਵਲਨ ਬੱਚੇ ਆ, ਜਿਨ੍ਹਾਂ ਦੀ 18 ਸਾਲ ਤੋਂ ਘੱਟ ਉਮਰ ਆ, ਜਿਨ੍ਹਾਂ ਦਾ ਡਰਾਈਵ ਲਾਈਸੈਂਸ ਨਹੀਂ ਬਣਿਆ, ਉਹ ਜੇ ਬੱਚੇ ਕੋਈ ਦੋ ਪਹੀਆ ਵਾਹਨ ਜਾਂ ਹੋਰ ਵਹੀਕਲ ਕੋਈ ਚਲਾਉਂਦੇ ਆ, ਅਤੇ ਉਹਨਾਂ ਦੇ ਜਿਹੜੇ ਮਾਤਾ ਪਿਤਾ ਵਾ, ਪੇਰੈਂਟਸ ਨੇ, ਉਹਨਾਂ ਨੂੰ ਜਿਹੜੀ ਆ ਸਜ਼ਾ ਹੋਏਗੀ, ਜਿਹਦੇ ਵਿੱਚ 25,000 ਰੁਪਏ ਜੁਰਮਾਨਾ ਅਤੇ 3 ਸਾਲ ਦੀ ਸਜ਼ਾ, ਅਤੇ 1 ਸਾਲ ਵਾਸਤੇ ਜਿਹੜੀ ਰਜਿਸਟ੍ਰੇਸ਼ਨ ਜਿਹੜੀ ਉਹ ਸਸਪੈਂਡ ਹੋਏਗੀ। ਇਹ ਸਾਰੀਆਂ ਹਦਾਇਤਾਂ ਜਿਹੜੀਆਂ ਬੱਚਿਆਂ ਨੂੰ ਸਕੂਲਾਂ ਵਿੱਚ ਜਾ ਕੇ ਅਸੀਂ ਦੇ ਰਹੇ ਹਾਂ। ਸਾਡੇ ਜ਼ੋਨ ਇੰਚਾਰਜ ਜਸਪਾਲ ਸਿੰਘ ਜੀ, ਸਾਡੇ ਟ੍ਰੈਫਿਕ ਐਜੂਕੇਸ਼ਨ ਵਿੰਗ ਦੇ ਸਬ ਇੰਸਪੈਕਟਰ ਦਲਜੀਤ ਸਿੰਘ ਜੀ, ਜਿਹੜੇ ਵੱਖ ਵੱਖ ਸਕੂਲਾਂ ਜਾ ਕੇ ਐਜੂਕੇਟ ਕਰਦੇ ਆ, ਉਸ ਲੜੀ ਤਹਿਤ ਜੋ ਮਾਨਯੋਗ ADGP ਸਾਹਿਬ ਵੱਲੋਂ ਜੋ ਹਦਾਇਤਾਂ ਸੀ, ਉਹਨਾਂ ਦੀ ਅਸੀਂ ਗਰਾਊਂਡ ਲੈਵਲ ਤੱਕ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਅੱਜ ਇੱਥੇ ਆਏ ਹਾਂ, ਜਿੱਥੇ ਅੱਜ ਸਕੂਲ ਦੇ ਬੱਚਿਆਂ ਨੂੰ ਅਸੀਂ ਜਾਗਰੂਕ ਕੀਤਾ, ਜਿਨ੍ਹਾਂ ਨੂੰ ਇਹਨਾਂ ਹਦਾਇਤਾਂ ਬਾਰੇ ਜਾਣੂ ਕਰਾਇਆ ਗਿਆ, ਔਰ ਉਹਨਾਂ ਨੇ ਸਾਨੂੰ ਪ੍ਰੋਮਿਸ ਕੀਤਾ ਕਿ ਅਸੀਂ ਅੰਡਰ ਏਜ ਜਿਹੜਾ ਵਾ ਵਹੀਕਲ ਨਹੀਂ ਚਲਾਵਾਂਗੇ, ਅਸੀਂ ਆਪਣਾ ਸਾਈਕਲਾਂ ਦੇ ਉੱਤੇ ਆਇਆ ਕਰਾਂਗੇ, ਜਾਂ ਆਪਾਂ ਕਿਸੇ ਆਟੋ ਰਾਹੀਂ ਜਿਹੜਾ ਸਕੂਲ 'ਚ ਪਹੁੰਚਾਂਗੇ। ਸਕੂਲਾਂ ਦੇ ਬਾਹਰ ਨਾਕੇ ਲਗਾਏ ਜਾਣਗੇ ਕਿਉਂਕਿ ਜਲਦੀ ਅਵੇਅਰ ਹੋ ਜਾਣਗੇ ਲੋਕ? ਦੇਖੋ ਜੀ, ਇਹਦੇ 'ਚ ਪਹਿਲਾਂ ਤਾਂ ਜੇ ਅਸੀਂ ਅਵੇਅਰਨੈਸ ਆ ਬੱਚਿਆਂ ਨੂੰ ਗਾਈਡ ਕਰਨਾ, ਉਸ ਤੋਂ ਬਾਅਦ ਜਿਹੜੇ ਨਹੀਂ ਹੋਣਗੇ ਫਿਰ ਉਹਨਾਂ ਵਾਸਤੇ ਅਸੀਂ ਜਿਹੜੇ ਉਹ ਰੋਡ ਨੇ ਉਹਨਾਂ ਦੇ ਉੱਤੇ ਨਾਕੇ ਲਾ ਕੇ ਉੱਥੇ ਵੀ ਅਵੇਅਰਨੈਸ ਚਲਾਵਾਂਗੇ। ਉਸ ਤੋਂ ਬਾਅਦ ਫਿਰ ਇਹ ਜਿਹੜਾ ਵਾ, ਜਿਹੜੇ ਨਹੀਂ ਚਾਰੇ ਬੰਨੇ ਹਟੇ, ਫਿਰ ਉਹਨਾਂ ਦੇ ਖਿਲਾਫ਼ ਕਾਰਵਾਈ ਕਰਾਂਗੇ।